प्यारे विद्यार्थियों आज ਤੁਹਾਡਾ ਨੈਸ ਤ ਤੀਜਾ ਟੈਸਟ 10ਵੀਂ ਕਲਾਸ ਦਾ ਜਿਹੜਾ ਹੋਇਆ ਬੇਟਾ ਉਸ ਟੈਸਟ ਨੂੰ ਹੱਲ ਕਰਕੇ ਸਮਝਾ ਕੇ ਤੁਹਾਨੂੰ ਪੇਜ ਰਿਹਾ ਧਿਆਨ ਨਾਲ ਦੇਖਣਾ ਹੈ ਧਿਆਨ ਨਾਲ ਵੀਡੀਓ ਨੂੰ ਸੁਣਨਾ ਹੈ ਤੇ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਕਿਸ ਤਰੀਕੇ ਨਾਲ ਨੂੰ ਕੁਸ਼ਨ ਨੂੰ ਅਸੀਂ ਸੋਲਵ ਕੀਤਾ ਗਿਆ ਹੈ ਸਭ ਤੋਂ ਪਹਿਲਾ ਕੁਸ਼ਨ ਦੇਖੋ ਕੀ ਹੈ ਜੀ ਪੀਈ ਨਹੀਂ 0.25 ਹੋਵੇ ਤਾਂ PE ਪਤਾ ਕਰੋ ਹੁਣ ਤੁਸੀਂ ਧਿਆਨ ਨਾਲ ਸਮਝਣਾ ਹੈ ਕਿ ਜਦੋਂ ਵੀ ਤੁਹਾਨੂੰ PE ਨਹੀਂ ਦਿੱਤਾ ਹੈ ਤੇ PE ਪਤਾ ਕਰਨਾ ਹੈ ਤਾਂ PE ਕਿੱਦਾਂ ਨਿਕਲਦਾ ਹੈ 1 ਚੋਂ ਮਾਈਨਸ ਕਰਕੇ ਬਟਾ ਕਿਹਨੂੰ ਮਾਈਨਸ ਕਰਨਾ ਹੈ GD ਵੈਲਿਊ ਦਿੱਤੀ ਗਈ ਹੈ 0.25 ਨੂੰ ਅਸੀਂ ਕੀ ਕਰਾਂਗੇ ਮਾਈਨਸ ਕਰ ਦਾਂਗੇ ਤੋ ਹਮ ਸਾਰੇ ਨੂੰ ਪਤਾ ਹੈ 1 ਦੇ ਵਿੱਚੋਂ 0.25 ਨੂੰ ਘਟਾ ਕੇ 0.75 ਮਿਲਦਾ ਹੈ ਹੁਣ ਜੇ ਕਿਸੇ ਨੂੰ ਨਹੀਂ ਪਤਾ ਤਾਂ ਦੇਖੋ ਮੈਂ ਕਿਸ ਤਰੀਕੇ ਨਾਲ ਤੁਹਾਨੂੰ ਦੱਸੂਗਾ ਧਿਆਨ ਨਾਲ ਦੇਖਣਾ ਹੈ 1 ਦੇ ਵਿੱਚੋਂ ਅਸੀਂ ਮਾਈਨਸ ਕਰਨਾ ਹੈ ਤੇ 1 ਤੋਂ ਬਾਅਦ 2 ਜ਼ੀਰੋ ਲਗਾਣੇ ਹੋਣਗੇ ਤੇ 0.25 ਮਾਈਨਸ ਕਰਾਂਗੇ ਇਸ ਤਰੀਕੇ ਨਾਲ ਮਾਈਨਸ ਹੁੰਦਾ ਬੇਟਾ ਠੀਕ ਹੈ ਨਾ ਤੇ ਹੁਣ ਅਸੀਂ ਮਾਈਨਸ ਕਰਨ ਜਾ ਰਹੇ ਹਾਂ ਧਿਆਨ ਨਾਲ ਦੇਖਣਾ ਹੈ जीरो ने इथ हासिल लिया बन गया दस दसा चों पाँच गए पाँच ठीक है नौ चो दो सत्त दशमलव जीरो द जीरो तो आंसर तो आ गया जीरो दशमलव पचहत्तर जो कि पहले क्वेश्चन का आंसर होएगा उम्मीद है समझ आया स्क्रीनशॉट सकते हो हूँ सेकंड क्वेश्चन देखो सेकेंड क्वेश्चन है एपी का किनवा पद संताली है हम ध्यान देखिए बेटा ਕਿੰਵਾਂ ਪਦ ਕਿੰਨਾ ਕਰਦੇ ਹਾਂ ਸਾਡੇ ਕੋਲ AN ਦਾ ਫਾਰਮੂਲਾ ਕੀ ਹੁੰਦਾ ਹੈ AN ਬਰਾਬਰ A N 1 D ਹੁਣ ਇਸ ਲੜੀ ਦੇ ਵਿੱਚ ਧਿਆਨ ਦੇਣਾ ਹੈ ਸਾਡੇ ਕੋਲ E ਕੋਣ ਹੈ A ਹੈ ਸਾਡੇ ਕੋਲ -3 डी किमें पता लगता है ध्यान देखियो, डी पता करने असी करूजी रकम असी दूजी रकम उठावे ध्यान देखियो, माइनस एक बटा दो फिर पहली रकम का साइन चेंज जमा तीन बटा एक, एक ही कड़ रहे हैं असं डी कट रहे हैं बेटा दूजी रकम सेम उतारनी है पहली का साइन चेंज कर देना है थलड़े वाले आपस में गुणा तुम्हें तो पता ही है आप डमरू मैथड तेतली मैथड करते हैं माइनस एक तीन दुनी छनू इतना गुणा यस गुणा होंगे ने आपस गुणा होंगे ने है तो आंसर आ गया साढ़े को बटा दो ਏ ਮੈਥਡ ਅਸੀਂ ਕੀ ਕੀਤਾ ਡੀ ਘਟਣ ਦਾ ਹੁਣ ਤੁਹਾਨੂੰ ਡੀ ਆਪਣਾ ਪਤਾ ਲੱਗ ਗਿਆ 5/2 ਤੇ ਏ ਤੁਹਾਡੇ ਕੋਲ ਕਿੰਨਾ ਹੈ ਮਾਈਨਸ ਦਾ 3 ਤੇ ਹੁਣ ਸਾਡੇ ਕੋਲ ਫਾਰਮੂਲਾ ਕੀ ਹੁੰਦਾ ਹੈ ਸਾਡੇ ਕੋਲ ਫਾਰਮੂਲਾ ਹੈ AN A N 1 D ਹੁਣ AN ਕਿੰਨਾ ਹੈ ਹੁਣ ਤੁਸੀਂ ਦੇਖਣਾ ਹੈ ਬਟਾ AN ਤੁਹਾਡੇ ਕੋਲ ਹੈ 47 ਕਿੰਨਾ ਹੈ 47 ਬਰਾਬਰ ਇਹ ਕਿੰਨਾ ਕੱਢਿਆ ਆਪਾਂ ਮਾਈਨਸ 3 ਜਮਾ n 1 d ਹੈਗਾ 5/2 ਹੁਣ ਇਹਨੂੰ ਆਪਾਂ ਹੱਲ ਕਰਾਂਗੇ 3 ਉਧਰ ਜਾ ਕੇ ਪਲੱਸ ਹੋ ਗਿਆ ਤਾਂ 47 ਦੇ ਕੋਲ 3 ਜਾ ਕੇ ਪਲੱਸ ਹੋ ਗਿਆ ਬਰਾਬਰ n 1 5/2 ਹੁਣ ਕੀ ਹੋ ਗਿਆ 47 ਦੇ ਵਿੱਚ 3 ਜੋੜੋ 50 वेरी गुड गुणा अ 2 5/2 ਜਿਹੜੀ ਸੀਗੀ ਉਹਲੀ ਅਮਾਉਂਟ ਇਹ ਪਲਟ ਕੇ ਆ ਜਾਏਗੀ 2/5 ਬਰਾबरी ਕੀ ਰਹਿ ਗਿਆ n 1 5 ਨਾਲ 50 ਕੱਟੇ ਤਾਂ ਬਚ ਗਏ 10 ਤੇ 10 ਦੁਨੀ 20 ਤਾਂ ਅਨਸਰ ਆਇਆ v n 1 ਤਾਂ -1 ਨੂੰ ਜਦੋਂ ਉਧਰ ਭੇਜੋਗੇ v ਕੋਲ ਜਾ ਕੇ ਜੁੜ ਜੇਗਾ ਤਾਂ n ਦੀ ਵੈਲਿਊ ਕਿੰਨੀ ਆ ਗਈ ਤੁਹਾਡੇ ਕੋਲ 21 ਤੇ ਇਸ ਤਰ੍ਹਾਂ ਦੇਖ ਲਓ ਤੁਸੀਂ ਸਾਰੇ ਸਭ ਤੋਂ ਪਹਿਲਾਂ ਅਸੀਂ a -3 ਮੰਨਿਆ d ਕੱਢਣ ਦਾ ਤਰੀਕਾ ਕੀ ਹੈ ਦੂਜੀ ਰਕਮ ਲੇ ਕੇ ਪਹਿਲੇ ਦਾ ਸਾਈਨ ਚੇਂਜ ਕਰਨਾ ਤੇ ਉਸ ਤੋਂ ਬਾਅਦ ਤਿਤਲੀ ਮੈਥਡ ਲਗਾ ਦੇਣਾ ਫਿਰ an ਦੇ ਫਾਰਮੂਲੇ ਦੇ ਵਿੱਚ an ਸਾਡੇ ਕੋਲ 47 ਹੈ ਠੀਕ ਹੈ ਨਾ a ਸਾਡੇ ਕੋਲ -3 ਹੈ ਤੇ d ਅਸੀਂ 5/2 ਪਤਾ ਕਰ ਲਿਆ ਹੈ ਤੇ ਇਹਨੂੰ ਭਰ ਕੇ ਅਸੀਂ ਸਵਾਲ ਨੂੰ ਹੱਲ ਕਰਕੇ n 21 ਪਤਾ ਕਰ ਲਿਆ ਹੈ ਤੇ ਸਾਡਾ ਆਨਸਰ ਆ ਗਿਆ ਜੀ ਦੇਖੋ ਜੀ 21 दिस ठीक है बेटा हम क्वेश्चन करा तीजा क्वेश्चन अठ संख्यावादा का मतमान बताली है जेकर एक नंबर होवे हो ता बाकी संख्याव का मतमान पता करो बहुत ही सौखा सवाल है संख्याव कि अठ मतमान कि है बताली तो अठ गुणा बताली गया जोड़ ਹੁਣ ਇਸ ਜੋੜ ਦੇ ਵਿੱਚੋਂ ਅਸੀਂ ਕੀ ਮਾਈਨਸ ਕਰ ਦੇਣਾ ਹੈ 63 ਨੂੰ ਮਾਈਨਸ ਕਰ ਦੇਣਾ ਹੈ ਤੇ ਜਦੋਂ ਆਪਾਂ 3 ਮਾਈਨਸ ਕੀਤਾ ਸਾਡੇ ਕੋਲ ਜਿਹੜੀ ਸੰਖਿਆਵਾਂ ਸੀਗੀਆਂ ਉਹ 7 ਰਹਿ ਗਈਆਂ ਇਹ ਸਾਡਾ ਆਨਸਰ ਹੋਏਗਾ ਯਾਦ ਰੱਖੋ ਜਦੋਂ ਵੀ ਕੁਝ ਸੰਖਿਆਵਾਂ ਦਾ ਮੱਧਮਾ ਦਿੱਤਾ ਗਿਆ ਹੋਵੇ ਤਾਂ ਮੱਧਮਾ ਤੇ ਸੰਖਿਆਵਾਂ ਨੂੰ ਗੁਣਾ ਕਰੀਦਾ ਹੁੰਦਾ ਹੈ ਤੇ ਜਿਹੜਾ ਨੰਬਰ ਉਸਨੇ ਕਿਹਾ ਹਟ ਨਹੀਂ ਯੂਜ਼ ਕਰਨਾ ਜੇਕਰ ਇੱਕ ਨੰਬਰ ਨੂੰ ਛੱਡ ਦਿੱਤਾ ਜਾਵੇ ਮਤਲਬ 63 ਨੂੰ ਮਾਈਨਸ ਕਰਨਾ ਹੈ ਤੇ ਜੇ ਅੱਠ ਸੰਖਿਆਵਾਂ ਦੇ ਵਿੱਚੋਂ ਇੱਕ ਸੰਖਿਆ ਘਟਾ ਦਿੱਤੀ ਜਾਵੇ ਤਾਂ ਬਚ ਗਈਆਂ ਸੱਤ ਸੰਖਿਆਵਾਂ ਉਹਨਾਂ ਨੂੰ ਆਪਾਂ ਹੱਲ ਕਰਾਂਗੇ ਤੇ ਇਹਨਾਂ ਦੇਖਣਾ ਹੈ 42 ਨੂੰ 8 ਨਾਲ ਗੁਣਾ ਕਰਤੀਏ 8 ਦੁਨੀ 16 6 ਉੱਪਰ 1 8 ਚੋਗਾ 32 ਤੇ 1 33 366 ਦੇ ਵਿੱਚੋਂ 63 ਘਟਾਓ ਤੇ ਫਿਰ ਉਹਨੂੰ 7 ਨਾਲ ਭਾਗ ਕਰਦੇ ਹੋ ਹੁਣ 366 ਤੋਂ 63 ਗਏ 600 3 13 ਤੋਂ 6 ਗਏ 7 ਤੇ 273 ਨੂੰ 80 7 ਨਾਲ ਭਾਗ ਕਰਨ ਜਾ ਰਹੇ ਹਾਂ ਧਿਆਨ ਨਾਲ ਦੇਖੋਗੇ ਸਾਰੇ 7 1 7 70 3 21 70 ਨਾਮ 63 ਸਾਡਾ ਆਨਸਰ ਆ ਗਿਆ ਜੀ 39 ਤੇ ਜੋ ਕਿ ਸਾਡਾ ਚੌਥਾ ਭਾਗ ਸਾਡਾ ਆਨਸਰ ਆ ਗਿਆ ਉਮੀਦ ਹੈ ਸਮਝ ਆਇਆ ਹੋਏਗਾ ਤੁਹਾਨੂੰ ਧਿਆਨ ਨਾਲ ਸਮਝੋ ਸਕਰੀਨ ਸ਼ਾਟ ਲੈ ਸਕਦੇ ਹੋ ਚੌਥਾ ਕੁਸ਼ਨ ਕਰਨ ਲੱਗਿਆਂ ax3 2 bx -3 0 समीकरण है एक शफर दूसरे का उलट है इसका मतलब एक अल्फा है तो दूसरा 1 बटा अल्फा होएगा उन ऐसे की करेंगे जब भी दो एक शफर दूसरे का उलट होवे तो हम इनका गुणनफल लेते हैं हां अल्फा गुना 1 बटा अल्फा c बटा a मतलब 3 बटा a -3 बटा a दे बराबर α α ਕੱਟੇ गए बच गया 1 ਇਹਦਾ ਮਤਲਬ ਸਾਡੇ ਕੋਲ ਆਨਸਰ ਕੀ ਆ ਰਿਹਾ ਹੈ ਤਾਂ ਇਹਨਾਂ ਦੇਖੋ ਆਨਸਰ ਸਾਡੇ ਕੋਲ ਆ ਰਿਹਾ ਹੈ -3/a 1 ਤਾਂ a ਉੱਪਰ ਚਲਾ ਗਿਆ a ਦਾ ਆਨਸਰ ਆ ਗਿਆ -3 ਤੇ ਸਾਡੇ ਕੋਲ অপਸ਼ਨ ਆ ਗਿਆ ਜੀ b অপਸ਼ਨ ਉਮੀਦ ਹੈ ਚੌਥਾ ਕੁਸ਼ਨ ਵੀ ਸਮਝ ਆਇਆ ਹੋਵੇਗਾ ਪੰਜਵੇਂ ਕੁਸ਼ਨ ਵੱਲ ਚਲਦੇ ਹਾਂ आयताकार पार्क जिस दी लंबाई चौड़ाई ਨਾਲੋਂ 4 ਵੱਧ ਹੈ ਇਹਦਾ ਮਤਲਬ ਲੰਬਾਈ ਜਿਹੜੀ ਹੈ ਚੌੜਾਈ ਜਿਸ ਨੂੰ ਅਸੀਂ b ਬੋਲਦੇ ਹਾਂ ਉਸ ਤੋਂ 4 ਜ਼ਿਆਦਾ ਹੈ ਤਾਂ x 4 ਲਵਾਂਗੇ ਠੀਕ ਹੈ ਨਾ ਪਰਿਮਾਪ ਦਾ ਅਦਾ ਤੁਹਾਨੂੰ ਪਤਾ ਹੈ ਪਰਿਮਾਪ ਹੁੰਦਾ ਹੈ p ਫੋਰ ਪੈਰੀਮੀਟਰ ਪਰਿਮਾਪ 2 ਲੰਬਾਈ ਜਮਾ ਚੌੜਾਈ ਤੇ ਜੇ ਮੈਂ ਪਰਿਮਾਪ ਦਾ ਅੱਧਾ ਕਰ ਦੂੰਗਾ ਇਧਰ ਵੀ ਦੋ ਇਧਰ ਵੀ ਦੋ ਤੇ ਦੋ ਆਪਸ ਵਿੱਚ ਕੱਟੇ ਜਾਣਗੇ ਹੁਣ ਪਰਿਮਾਪ ਦਾ ਅੱਧਾ 36 ਦੇ ਬਰਾਬਰ ਹੈ ਤਾਂ ਮਦਾ 36 ਦੇ ਬਰਾਬਰ ਕੀ ਆ ਗਿਆ ਲੰਬਾਈ ਜਮਾ ਚੌੜਾਈ ਆਹ ਗੱਲ ਦੇਖ ਲਓ ਧਿਆਨ ਨਾਲ ਹੁਣ ਅਸੀਂ ਲੰਬਾਈ ਆਲਰੇਡੀ ਮੰਨ ਚੁੱਕੇ ਹਾਂ ਕਿੰਨੀ 36 ਦੇ ਬਰਾਬਰ ਆ ਗਿਆ x ਜਮਾ 4 ਜਮਾ x ਤੇ ਤੇ 4 ਇਧਰ ਆ ਕੇ 36 ਕੋਲ ਮਾਈਨਸ ਹੋ ਗਿਆ 36 ਚੋਂ 4 ਮਾਈਨਸ ਕਰਨੇ ਨੇ ਤੇ ਉਧਰ ਹੋ ਗਿਆ 2x ਹੁਣ 36 4 ਘਟਾਉਤੀ 32 ਸੋਰੀ ਬਰਾਬਰੀ ਕਿੰਨਾ ਆ ਗਿਆ 2x ਹੁਣ ਸੋਚੋ 2 ਜਾ ਕੇ 32 ਨਾਲ ਕੀ ਕਰੇਗਾ ਭਾਗ ਕਰੇਗਾ ਇਹਦਾ ਮਤਲਬ 32 ਨੂੰ ਜੇ ਪਦੂਨਲਪਾ ਕਰਾਂਗੇ ਤਾਂ ਸਾਡੇ ਕੋਲ x ਆ ਗਿਆ 16 ਇਹਦਾ ਮਤਲਬ x ਦਾ ਆਨਸਰ ਕਿੰਨਾ ਹੋ ਗਿਆ 16 ਹੋ ਗਿਆ ਧਿਆਨ ਨਾਲ ਸਮਝੋ ਲੈਂਥ ਲੰਬਾਈ ਦਿੱਤੀ ਗਈ ਸੀ 4 ਵੱਧ ਚੌੜਾਈ ਤੋਂ ਇਸ ਕਰਕੇ ਐਸੀ ਮੰਨਿਆ ਚੌੜਾਈ ਨੂੰ x ਤੇ ਲੰਬਾਈ ਨੂੰ x 4 परिमाप हों एल जमा बी परिमाप का अदा करना सर इस करके दोनों पास दो भाग कि कटिया गया परिमाप का अद्धा छत्ती दिता गया असी छत्ती लिख लिया इधर बच गया एल जमा बी एल दी था एक्स जमा चार बी दाव एक्स चार जाके माइनस कर गया एक्स तो एक्स दो एक्स हो गए तो फिर दो भाग की एक्स आ गया सोलह हूँ जी एक्स सोलह है तो यब जब सायत बनेगा वह एक हिस्सा सोलह ਇਹ ਕਿਸਾ ਵੀ ਹੋਏਗਾ ਕਿ ਕਿਉਂ ਨਹੀਂ ਕਿ ਚਾਰ ਵੱਧ ਲੈਣਾ ਤੇ ਹੁਣ ਖੇਤਰਫਲ ਲਈ ਕੀ ਕਰਦੇ ਅਸੀਂ ਇਹਨਾਂ ਨੂੰ ਆਪਾਂ ਚ ਲੰਬਾਈ ਗੁਣਾ ਚੌੜਾਈ ਗੁਣਾ ਕਰਦੇ ਹਾਂ ਜਦੋਂ ਤੁਸੀਂ ਇਹਨਾਂ ਨੂੰ ਗੁਣਾ ਕੀਤਾ ਤਾਂ ਤੁਹਾਨੂੰ ਕੀ ਮਿਲਿਆ 16 ਨੂੰ 20 ਨਾਲ ਗੁਣਾ ਕਰਕੇ ਆਇਆ 320 ਤੁਹਾਡਾ ਆਨਸਰ ਕੀ ਆ ਗਿਆ 320 ਤੇ ਸਾਡਾ ਆਨਸਰ ਕੀ ਹੋ ਗਿਆ ਪਹਿਲਾ ਆਨਸਰ ਹੀ ਸਾਡਾ ਆਨਸਰ ਹੈ ਤਾਂ ਉਮੀਦ ਹੈ ਤੁਹਾਨੂੰ ਸਮਝ ਆਇਆ ਹੋਵੇਗਾ ਪੰਜਵਾਂ ਕੁਸ਼ਚਨ ਵੀ ਇਸ ਤਰ੍ਹਾਂ ਮੈਥ ਵਿਸ਼ੇ ਦੇ ਪੰਜ ਦੇ ਪੰਜ ਕੁਸ਼ਚਨਸ ਕੰਪਲੀਟ ਹੋ ਚੁੱਕੇ ਨੇ ਉਮੀਦ ਹੈ ਤੁਹਾਨੂੰ ਸਮਝ ਆਇਆ ਹੋਵੇਗਾ ਹੁਣ ਇਸ ਤੋਂ ਅਗਲੇ ਜਿਹੜੇ ਕੁਸ਼ਚਨ ਨੇ ਬੇਟਾ ਜੀ ਤੁਹਾਨੂੰ ਉਹਨਾਂ ਦੇ ਸਿਰਫ ਆਨਸਰ ਪਤਾ ਲੱਗ ਸਕਦੇ ਨੇ ਧਿਆਨ ਨਾਲ ਦੇਖਿਓ ਸਾਰੇ ਛੇਵੇਂ ਦਾ ਆਨਸਰ ਬੇਟਾ ਜੀ ਸਾਡੇ ਕੋਲ ਆ ਰਿਹਾ ਹੈ 0.4 ਸੱਤਵੇਂ ਦਾ ਆਨਸਰ ਹੋਏਗਾ ਤਾਪਮਾਨ ਵਿੱਚ ਵਦਨ ਨਾਲ ਅੱਠਵੇਂ ਦਾ ਸਾਡਾ ਆਨਸਰ ਹੋਏਗਾ ਏ ਆਪਸ਼ਨ नौवीं का आंसर साढ़ा होएगा चालक ए ए ऑप्शन दसवीं का आंसर होगा सी ऑप्शन इस तरह ग्यारहवीं का सा आंसर है कनक ए ऑप्शन बारहवीं का है तीन सौ इक्की लाख टन तेरहवीं का साड़ा आंसर है डी ऑप्शन चौदवें का ए ऑप्शन पंद्रहवें का ए ऑप्शन इस तरह हम हूँ इंग्लिश वाल चलते हाँ सोलवें का आंसर होएगा ए ऑप्शन सतारवें का बी ऑप्शन अठारहवें का सी ऑप्शन उन्नीसवें का ए ऑप्शन भीसवें का डी ऑप्शन 21ਵੇਂ ਦੇ ਵਿੱਚ ਅਸੀਂ ਚੱਲਦੇ ਹਾਂ ਪੰਜਾਬੀ ਦਾ ਤੁਸੀਂ ਪੜਾ ਚੰਗੀ ਤਰ੍ਹਾਂ ਪੜ ਲੈਣਾ ਹੈ 21ਵੇਂ ਦਾ ਆਨਸਰ ਹੈ ਐੜਾ ਬਾਬਾ 22ਵੇਂ ਦਾ ਰਣਜੀਤ ਸਿੰਘ 23ਵੇਂ ਦਾ ਤਰਖਨ 24ਵੇਂ ਦਾ ਬਾਬਾ ਤੇ 25ਵੇਂ ਦਾ ਤੁਹਾਡਾ ਆਨਸਰ ਹੈ ਕਾਬਲ ਸਿੰਘ ਇਸ ਤਰ੍ਹਾਂ ਸਾਡਾ ਜਿਹੜਾ ਨੈਸ ਤੀਜਾ ਯੂਨਿਟ ਟੈਸਟ ਜਿਹੜਾ ਹੈ ਉਹ ਵੀ ਕੰਪਲੀਟ ਹੋ ਚੁੱਕਾ ਹੈ ਉਮੀਦ ਹੈ ਤੁਹਾਨੂੰ ਸਮਝ ਆਈ ਹੋਵੇਗੀ ਜੇਕਰ ਫਿਰ ਵੀ ਕੋਈ ਤੁਹਾਨੂੰ ਪ੍ਰੋਬਲਮ ਆਂਦੀ ਹੈ ਤਾਂ ਤੁਸੀਂ ਇਸ ਨੰਬਰ ਦੇ ਉੱਤੇ ਮੇਰੇ ਨਾਲ ਮੈਸੇਜ ਕਰ ਸਕਦੇ ਹੋ ਤੇ ਆਪਣੇ ਸਿਲੇਬਸ ਦੇ ਅਕੋਰਡਿੰਗਲੀ ਨੈਸ ਲਈ ਜਾਂ ਆਪਣੀ ਬੁੱਕ ਦੇ ਵਿਸ਼ੇ ਦੀ ਕੋਈ ਵੀ ਵੀਡੀਓ ਮੈਥ ਵਿਸ਼ੇ ਦੀ ਪ੍ਰਾਪਤ ਕਰਨ ਲਈ ਮੈਸੇਜ ਕਰ ਸਕਦੇ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ